ਇਹ ਦੁਨੀਆ ਘੁੰਮਣ ਕੇਰੀਏ, ਅਸੀਂ ਆਸ ਰੱਖੀ ਇੱਕ ਤੇਰੀਏ, ਆ ਜਾਇਬ ਦਿਆ ਸਹਾਰਿਆ, ਅੱਖੀਆਂ ਤੋਂ ਪਲ ਨਾ ਟਲ ਜਾਵੀਂ, ਉਹ ਸਾਈ ਸੁਣ ਦਰਦਾਂ ਦੀ ਗੱਲ ਜਾਵੀਂ, ਸ਼ਾਕਿਰ ਪਾਲ ਪਿਆ ਇਸ ਕਾਲ ਦੀ ਨਗਰੀ ਦੇ ਅੰਦਰ ਬੜੀ ਬੜੀ ਸਾਇੰਸਦਾਨਾਂ ਨੇ ਸ਼ਾਂਤੀ ਦੀ ਖਾਤਰ ਖੋਜ ਕੀਤੀ, ਉਸ ਦੀ ਜਾਣਕਾਰੀ ਦੁਨੀਆਂ ਨੂੰ ਦਿੱਤੀ, ਤਜਰਬਾ ਹਰ ਇੱਕ ਦੇ ਸਾਹਮਣੇ ਹੈ। ਇਸ ਜ਼ਿੰਦਗੀ ਗੁਜ਼ਾਰਨ ਦੇ ਬਹੁਤ ਸਾਰੇ ਉਸ ਵਿੱਚ ਫਾਇਦੇ ਤਾਂ ਹਾਸਲ ਹੋਏ, ਲੇਕਿਨ ਜੋ ਮਨ ਹੈ ਇਹ ਕਿਸੇ ਬਾਹਰੀ ਸਾਧਨ ਦੇ ਨਾਲ, ਬਾਹਰੀ ਤਜਰਬੇ ਦੇ ਨਾਲ ਸ਼ਾਂਤ ਨਹੀਂ ਹੋਇਆ, ਬਲਕਿ ਅਸ਼ਾਂਤ ਹੋ ਗਿਆ। ਐਸੀਆਂ ਕਾਢਾਂ ਕੱਢ ਲਈਆਂ ਇਨਸਾਨ ਨੇ ਦਿਮਾਗ ਦੇ ਅੰਦਰੋਂ ਕਿ ਜਿਹਦੇ ਨਾਲ ਇੱਕ ਦੂਰ ਦਰਿਆਡੇ ਬੰਦਾ ਬੈਠਾ ਹੋਇਆ ਸਾਰੀ ਦੁਨੀਆਂ ਨੂੰ ਤਬਾਹ ਕਰ ਸਕੇ। ਅੱਜ ਦਾ ਇਨਸਾਨ ਸਹਿਮਿਆ ਹੋਇਆ ਹੈ, ਖੁਸ਼ ਨਹੀਂ ਗਾ ਕਿ ਪਤਾ ਨਹੀਂ ਕੀ ਹੋ ਜਾਏਗਾ, ਬਜਾਏ ਸ਼ਾਂਤੀ ਦੇ ਅਸ਼ਾਂਤੀ ਖੋਜ ਲਈ ਹੈ। ਇਨ ਦਿਸ ਕ੍ਰੀਏਸ਼ਨ ਆਫ ਨੈਗੇਟਿਵ ਪਾਵਰ ਮੈਨੀ ਸਾਇੰਟਿਸਟ ਹੈਵ ਇਨਵੈਂਟਿਡ ਸੋ ਮੈਨੀ ਥਿੰਗਸ ਐਂਡ ਦ ਰਿਜ਼ਲਟ ਇਜ਼ ਇਨ ਫਰੰਟ ਆਫ ਆਲ ਆਫ ਯੂ। ਨੋ ਡਾਊਟ ਦੇ ਹੈਵ ਮੇਡ ਦ ਲਾਈਫ ਕੰਫਰਟੇਬਲ ਇਨ ਮੈਨੀ ਵੇਜ਼, ਬਟ ਐਸ ਫਾਰ ਐਸ ਦ ਮਾਇੰਡ ਇਜ਼ ਕੰਸਰਨਡ, ਇਟ ਹੈਜ਼ ਨਾਟ ਬ੍ਰੌਟ ਐਨੀ ਪੀਸ ਟੂ ਦ ਮਾਇੰਡ। ਇਨਸਟੈਡ ਆਫ ਅਚੀਵਿੰਗ ਪੀਸ, ਇਟ ਹੈਜ਼ ਮੇਡ ਦ ਮਾਇੰਡ full of unrest. The scientists have invented so many things using their brains that a person can destroy the world at the other end sitting at this end, and there are many other inventions which the man has done, but instead of achieving peace and happiness he has gone very far away from it. Lekin jo santan di sense hai, jo santan ne apne andar vad ke tajruba hasil kita hai, ਉਹ ਸਾਨੂੰ ਦੱਸਦੇ ਹੈ ਕਿ ਇਹ ਦੁਨੀਆਂ ਦਾ ਕੋਈ ਵੀ ਪਦਾਰਥ ਤੁਹਾਨੂੰ ਸ਼ਾਂਤੀ ਨਹੀਂ ਦੇ ਸਕਦਾ ਗਾ। ਅਗਰ ਸ਼ਾਂਤੀ ਪ੍ਰਾਪਤ ਕਰਨੀ ਹੈ ਤਾਂ ਤੁਸੀਂ ਆਪਣੇ ਅੰਦਰ ਜਾ ਕੇ ਮਨ ਇੰਦਰੀਆਂ ਦੇ ਕਾਟ ਤੋਂ ਉੱਪਰ ਉੱਠੋ, ਸ਼ਾਂਤੀ ਦੇ ਦੇਸ਼ ਪਹੁੰਚੋ। ਜਦ ਇਸ ਕਾਲ ਦੀ ਨਗਰੀ ਦੇ ਅੰਦਰ ਕੋਈ ਸ਼ਾਂਤੀ ਦੀ ਜਗ੍ਹਾ ਹੀ ਨਹੀਂ ਗੀ, ਅਸ਼ਾਂਤ ਨਗਰੀ ਹੈ, ਤਾਂ ਅਗਰ ਸ਼ਾਂਤੀ ਪ੍ਰਾਪਤ ਕਰਨੀ ਹੈ ਤਾਂ ਤੁਸੀਂ ਸੱਚਖੰਡ ਦੇ ਅੰਦਰ ਆਪਣੇ ਘਰ ਵਾਪਸ ਪਹੁੰਚੋ। ਉਹ ਸ਼ਾਂਤੀ ਦਾ ਦੇਸ਼ ਹੈ, ਮੌਤ ਪੈਦਾਇਸ਼ ਤੋਂ ਉੱਪਰ ਹੈ, ਉੱਥੇ ਮੌਤ ਪੈਦਾਇਸ਼ ਨਹੀਂ, ਕੋਈ ਕਿਸੇ ਦੇ ਵਾਸਤੇ ਬੁਰੀ ਸੋਚਦਾ ਨਹੀਂ। ਬਟ ਦ ਸਾਇੰਸ ਆਫ ਦ ਸੇਂਟਸ ਐਸ ਦ ਸੇਂਟਸ ਟੈਲ ਅਸ ਫਰੋਮ ਦੇਅਰ ਓਨ ਐਕਸਪੀਰੀਅੰਸ ਦੈਟ ਯੂ ਗੋ ਵਿਦ ਇਨ ਯੋਰ ਬਾਡੀ ਐਂਡ ਯੂ ਵਿਲ ਫਾਈਂਡ ਦ ਪੀਸ ਦੇਅਰ। ਦ ਓਨਲੀ ਪੀਸ ਲਾਈਸ ਇਨ ਗੋਇੰਗ ਇਨ ਦ ਵਿਦਿਨ ਐਂਡ ਗੋਇੰਗ ਬੈਕ ਟੂ ਦ ਰੀਅਲ ਹੋਮ ਸੱਚਖੰਡ। ਯੂ ਕੈਨੋਟ ਫਾਈਂਡ ਦ ਪੀਸ ਐਂਡ ਹੈਪੀਨੈਸ ਆਊਟਸਾਈਡ ਇਨ ਦਿਸ ਵਰਲਡ, ਸਿੰਸ ਇਟ ਇਜ਼ ਦ ਕ੍ਰੀਏਸ਼ਨ ਆਫ ਨੈਗੇਟਿਵ ਪਾਵਰ ਵਿਚ ਇਜ਼ ਫੁੱਲ ਆਫ ਅਨਰੈਸਟ ਐਂਡ ਕੇਆਸ। ਦ ਓਨਲੀ ਹੈਪੀਨੈਸ ਔਰ ਪੀਸ ਵਿਚ ਯੂ ਕੈਨ ਫਾਈਂਡ ਇਜ਼ ਓਨਲੀ ਆਫਟਰ ਗੋਇੰਗ ਇਨ ਦ ਵਿਦਿਨ ਐਂਡ ਗੋਇੰਗ ਬੈਕ ਟੂ ਸੱਚਖੰਡ ਯੋਰ ਰੀਅਲ ਹੋਮ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਉਹ ਸ਼ਾਂਤੀ ਸਾਨੂੰ
ਕਿਸ ਤਰ੍ਹਾਂ ਮਿਲ ਸਕਦੀ ਹੈ? ਉਹ ਕਹਿੰਦੇ ਆ ਸਭ ਤੋਂ ਪਹਿਲਾਂ ਉਸ ਆਦਮੀ ਨੂੰ ਮਿਲੋ, ਉਸ ਸੰਤ ਨੂੰ ਮਿਲੋ, ਉਸ ਗੁਰੂ ਨੂੰ ਮਿਲੋ ਜਿਸ ਨੇ ਸ਼ਾਂਤੀ ਪ੍ਰਾਪਤ ਕੀਤੀ ਹੈ, ਕਿਉਂਕਿ ਪੜ੍ਹਿਆ ਪੜ੍ਹਾ ਸਕਦਾ ਹੈ ਔਰ ਪਹਿਲਵਾਨ ਹੀ ਪਹਿਲਵਾਨੀ ਸਿਖਾ ਸਕਦਾ ਹੈ। ਉਹਨੇ ਖੁਦ ਆਪਣੀ ਜ਼ਿੰਦਗੀ ਦੇ ਅੰਦਰ ਇਸ ਦੀ ਖੋਜ ਕੀਤੀ ਹੁੰਦੀ ਹੈ, ਸ਼ਾਂਤੀ ਹਾਸਲ ਕੀਤੀ ਹੁੰਦੀ ਹੈ। ਕਹਿਣ ਲੱਗੇ ਤੁਸੀਂ ਉਹਦੇ ਕੋਲੇ ਜਾਓ, ਉਹ ਤੁਹਾਨੂੰ ਦੱਸੇਗਾ ਕਿ ਕਿਸ ਤਰ੍ਹਾਂ ਸ਼ਾਂਤੀ ਪ੍ਰਾਪਤ ਕਰਨੀ ਹੈ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੇ ਦੈਟ ਹਾਊ ਕੈਨ ਵੀ ਅਚੀਵ ਦੈਟ ਪੀਸ ਐਂਡ ਹੈਪੀਨੈਸ, ਹਾਊ ਕੈਨ ਵੀ ਰਿਅਲਾਈਜ਼ ਦੈਟ ਪੀਸ ਐਂਡ ਹੈਪੀਨੈਸ। ਹੀ ਸੇਜ਼ ਦੈਟ ਫਸਟ ਆਫ ਆਲ ਯੂ ਗੋ ਟੂ ਦ ਪਰਸਨ ਹੂ ਹਿਮਸੈਲਫ ਹੈਜ਼ ਪ੍ਰੈਕਟਿਸਡ ਐਂਡ ਹੂ ਹਿਮਸੈਲਫ ਹੈਜ਼ ਅਚੀਵ ਪੀਸ ਐਂਡ ਹੈਪੀਨੈਸ ਫਾਰ ਹਿਸ ਓਨ ਸੈਲਫ, ਬਿਕੋਜ਼ ਐਜ਼ ਅ ਲਰਨਡ ਮੈਨ ਕੈਨ ਟੀਚ ਅਸ ਐਂਡ ਐਜ਼ ਅ ਰੈਸਲਰ ਕੈਨ ਟੀਚ ਮੇਕ ਅਸ ਰੈਸਲਰ ਇਨ ਦ ਸੇਮ ਵੇ He who has achieved the peace and happiness can teach us. So he said that first of all you go to him who has himself achieved the peace and happiness. Assi duniya de jeev sanu pata hi hai ke shanti da shanti shanti ta assi sare karde hain, sab updesh vi karde hain. Mainu bahut sariyan sabhaavan de andar jaan da mauka milya hai, jad utthe ik lecture kar reya hunda hai, dusre da dil pareshan hunda hai ke main is to acha bol sakda hain. ਹੁਣ ਤੁਸੀਂ ਸੋਚ ਕੇ ਦੇਖ ਲਓ, ਲੋਕਾਂ ਨੂੰ ਤਾਂ ਸ਼ਾਂਤੀ ਦਾ ਉਪਦੇਸ਼ ਦਿੰਦੇ ਆ, ਆਪ ਖੁਦ ਅਸ਼ਾਂਤ ਹੋਏ ਬੈਠੇ ਹੁੰਦੇ ਆ। We the worldly people always talk about the peace, but we are very far away from the peace. I have got the opportunity of visiting so many people in so many societies, and I have seen that how people, when they are talking about the peace, the other person sitting there does not have any peace in his within. He is thinking that I can talk in a much better way than this person, and he is very upset and he wants to go to the dais and he wants to talk. So on one side we are talking about the peace, we are giving big talks about the peace, but we have lost our own peace and we are very far away from it. Ek mahatma sutra hoya hai jis diyan aam taur de utte sant mat vich kafi kahaniyan sunaiyan jandiyan han. Ek kafi zindagi ਗੁਰੂ ਹਰਗੋਬਿੰਦ ਤੋਂ ਲੈ ਕੇ ਔਰ ਗੁਰੂ ਗੋਬਿੰਦ ਸਿੰਘ ਤੱਕ ਰਿਹਾ, ਤਕਰੀਬਨ 150 ਸਾਲ ਇਸ ਦੁਨੀਆਂ ਵਿੱਚ ਰਿਹਾ, ਅੱਛੀ ਕਮਾਈ ਵਾਲਾ ਸੀਗਾ। ਇੱਕ ਮਹਾਤਮਾ ਕਿਸੇ ਪਿੰਡ ਦੇ ਵਿੱਚ ਆ ਕੇ ਬੈਠਾ, ਉਹਨੇ ਲੋਕਾਂ ਨੂੰ ਦੱਸਿਆ ਕਿ ਮੇਰਾ ਨਾਂ ਸੀਤਲ ਦਾਸ ਹੈ। ਸੁਥਰੇ ਦੇ ਦਿਲ ਵਿੱਚ ਖਿਆਲ ਆਇਆ, ਦੇਖੀਏ ਜੈਸਾ ਨਾਮ ਹੈ ਵੈਸਾ ਉਹਦੇ ਅੰਦਰ ਗੁਣ ਹੈ। ਜਦ ਉਹਦੇ ਪਾਸ ਉਹ ਗਏ, ਕਹਿਣ ਲੱਗੇ ਕੁਛ ਅੱਗ ਚਾਹੀਦੀ ਹੈ, ਉਹ ਕਹਿਣ ਲੱਗਿਆ ਨਹੀਂ। ਦੂਸਰੀ ਦਫ਼ਾ ਮੰਗੀ, ਉਹ ਉਹਦੇ ਮਗਰ ਚਿਮਟਾ ਲੈ ਕੇ ਪੈ ਗਿਆ। ਉਹ ਕਹਿਣ ਲੱਗਿਆ ਤੂੰ ਤਾਂ ਕਹਿੰਦਾ ਸਾਂ ਮੈਂ ਸੀਤਲ ਦਾਸ ਹੈ, ਕਹਿੰਦਾ ਸਾਂ ਅੱਗ ਹੈ ਨਹੀਂ, ਹੁਣ ਤਾਂ ਭਾਂਬੜ ਮੱਚਦੇ ਹੈ, ਇਹ ਦੁਨੀਆ ਨੂੰ ਧੋਖਾ ਹੈ, ਨਾਮ ਸੀਤਲ ਦਾਸ ਅੰਦਰੋਂ ਅੱਗ ਨਿਕਲੇ। ਦੇਰ ਵਾਜ਼ ਅ ਮਹਾਤਮਾ ਹੂਜ਼ ਨੇਮ ਵਾਜ਼ ਸੁਥਰਾ, ਐਂਡ ਯੂਜੂਅਲੀ ਹਿਜ਼ ਸਟੋਰੀਜ਼ ਆਰ ਮੈਂਸ਼ਨ ਇਨ ਦ ਸੰਤ ਮਤ। ਹੀ ਲਿਵਡ ਅ ਵੈਰੀ ਲੌਂਗ ਲਾਈਫ। From the time of Guru Hargobind, he lived up to the time of Guru Gobind Singh. He lived for about 150 years in this world. And there are many famous stories about him. Once a so-called Mahatma, whose name was Sheetal Das, which means a cool person, came to one village. Sutra wanted to see that does he have the quality of coolness in his, like he has his name. So he went to that Mahatma and told him that, Mahatma, give me some fire. I need some fire. That Mahatma replied that I don't have any fire. Again, Sutra went there and asked for fire. And this time, that Mahatma got upset and started, he tried to hit him and he started chasing him. Sutra said that you were saying that you don't have any fire. Then how do all these flames are raging from your within? You are called Sheetal Das, but you don't have any quality of coolness in your within. Maharaj Savan Singh ra ek naam lewa,
ਅੱਜ ਤੋਂ 40 ਸਾਲ ਪਹਿਲਾਂ ਦਾ ਵਾਕਿਆ ਹੈ। ਸਾਡੇ ਇਲਾਕੇ ਗੰਗਾਨਗਰ ਦੇ ਅੰਦਰ ਸਤਸੰਗ ਕਰਨ ਵਾਸਤੇ ਗਿਆ। ਬਹੁਤ ਸਾਰੇ ਆਦਮੀ ਅਸੀਂ ਇਕੱਠੇ ਹੋਏ। ਮੇਰੇ ਪਾਸ ਉਦੋਂ ਦੋ ਸ਼ਬਦ ਦਾ ਭੇਦ ਬਾਬਾ ਬਿਸ਼ਨ ਦਾਸ ਤੋਂ ਹੁੰਦਾ ਸੀਗਾ, ਕਿਉਂਕਿ ਮੈਨੂੰ ਮਹਾਰਾਜ ਸਾਵਣ ਦੇ ਨਾਲ ਵੱਧ ਤੋਂ ਵੱਧ ਲਗਾਓ ਹੁੰਦਾ ਸੀਗਾ। ਜਿੱਥੇ ਉਹਦੀ ਚਰਚਾ ਹੁੰਦੀ ਮੈਂ ਜ਼ਰੂਰ ਪਹੁੰਚਦਾ ਸੀ। ਕਾਫੀ ਪੈਂਡਾ ਕਰਕੇ ਮੈਂ ਉੱਥੇ ਪਹੁੰਚਿਆ। ਘਰ ਵਾਲਿਆਂ ਨੇ ਸਤਸੰਗ ਕਰਾਇਆ, ਉਸ ਦੀ ਸਿਫਤ ਕੀਤੀ, ਇੱਥੇ ਜੀ ਬੜਾ ਮਹਾਤਮਾ ਅੱਛਾ ਹੈ, ਬੜਾ ਅੱਛਾ ਸਤਸੰਗ ਕਰਦਾ ਹੈ। ਖੈਰ ਉਸਨੇ ਸਤਸੰਗ ਤਾਂ ਅੱਛਾ ਕੀਤਾ, ਅੱਛਾ ਕਿਤਾਬਾਂ ਦਾ ਪੜ੍ਹਨ ਵਾਲਾ ਸੀਗਾ, ਕਿਉਂਕਿ ਇਹ ਮਨਬੁੱਧੀ ਦੀ ਚੀਜ਼ ਹੈ। ਆਖਰ ਸੰਗਤ ਨੂੰ ਚਾਹ ਪਿਉਣ ਲੱਗੇ, ਘਰ ਵਾਲਿਆਂ ਨੇ ਸੋਚਿਆ ਵੀ ਬਾਬੇ ਨੂੰ ਅੰਦਰ ਸੱਦ ਕੇ ਚਾਹ ਪਿਆਈਏ, ਨਾ ਕੋਈ ਗੱਲਬਾਤ ਕਰਾਂਗੇ ਪੁੱਛਾਂਗੇ। ਤੋ ਬਾਬਾ ਗਰਮ ਹੋ ਗਿਆ ਬਈ ਮੈਂ ਬੜਾ ਸੀ, ਪਹਿਲਾਂ ਮੇਰਾ ਹੱਕ ਸੀ ਚਾਹ ਪਿਉਣ ਦਾ। ਇਹਨਾਂ ਨੇ ਕੀ ਕੀਤੀ, ਘਰ ਵਾਲਿਆਂ ਨੇ ਹੱਥ ਵੱਧੇ, ਮਿਹਨਤ ਕੀਤੀ ਕਿ ਅੰਦਰ ਆਓ। ਆਖਰ ਤੁਹਾਨੂੰ ਪਤਾ ਹੀ ਹੈ, ਗ੍ਰਿਸਤੀ ਵਿਚਾਰਾ ਡਰਦਾ ਹੈ ਕਿ ਮਤਾ ਬਦ ਦੁਆ ਦੇ ਦੇਵੇ। ਉਸਨੇ ਉਹਨਾਂ ਨੇ ਆਖਰ ਗਲਾਸ ਉੱਥੇ ਲਿਆ ਕੇ ਰੱਖ ਦਿੱਤਾ ਸਟੇਜ ਦੇ ਉੱਤੇ। ਤੋ ਬਾਬੇ ਨੇ ਪੱਗ ਲਾਈ ਸਿਰ ਦੇ ਉੱਤੋਂ, ਕਹਿਣ ਲੱਗਿਆ ਹੁਣ ਮੇਰੇ ਇੱਥੇ ਸਿਰ ਦੇ ਵਿੱਚ ਪਾ ਦਿਓ। ਜਿਤਨੇ ਆਦਮੀ ਸੀ ਅਸੀਂ ਬੇਸੰਗੀ ਸਾਰੇ ਉੱਥੋਂ ਹੱਥ 'ਤੇ ਹੱਥ ਮਾਰ ਕੇ ਉੱਠ ਗਏ ਕਿ ਇਹਨਾਂ ਦਾ ਮਹਾਤਮਾ ਚੰਗਾ ਹੈ। ਹੁਣ ਤੁਸੀਂ ਖੁਦ ਸੋਚ ਕੇ ਦੇਖ ਲਓ ਕਿ ਪਰਿਸਭਾ ਦੇ ਅੰਦਰ ਮਾੜਾ ਕੁੱਤਾ ਖਸਮੇ ਗਾਲੀ, ਅਗਲਾ ਇਹ ਕਹੇਗਾ ਕਿ ਵੀ ਇਹਨਾਂ ਦੇ ਸੰਤ ਐਸੀ ਸਿੱਖਿਆ ਦਿੰਦੇ ਹੋਣਗੇ। ਕੀ ਸੀ ਕਿ ਕ੍ਰੋਧ ਕਿਤਾਬਾਂ ਪੜ੍ਹ ਕੇ ਨਹੀਂ ਜਾਂਦਾ ਗਾ, ਲੋਭ ਕਿਤਾਬਾਂ ਪੜ੍ਹ ਕੇ ਨਹੀਂ ਜਾਂਦਾ ਗਾ। ਇਸ ਵਾਸਤੇ ਇਹ ਪਾਗਲਪਨ ਦਾ ਦੌਰਾ ਅੰਦਰ ਜਾ ਕੇ ਹਟ ਸਕਦਾ ਹੈ। About 40 years ago, once an initiate of Baba Sawan Singh came in our area to do the satsang. And even though at that time I had initiation into first two words by Baba Bishan Das, but I was very much attached to the teachings of Baba Sawan Singh. And whenever I would hear that they are talking about Baba Sawan Singh and his teachings, I would go there. I would often travel very far to go and attend such meeting. So I, along with some other dear ones, went to attend that satsang, which that initiator Baba Sawan Singh was going to hold. The people who had invited that old man, that initiator Baba Sawan Singh, to do the satsang, they praised that old man a lot, and they said that he does a very good satsang. And they were true. He did a very good satsang. He quoted from many books, and he talked in a very good way. But after the satsang was over, the people who had arranged that satsang had also arranged for the tea for the dear ones. So they first started serving tea to the people in the Sangat, and they wanted to take that old man inside their house and they wanted to serve him in private. But that old man, he became very upset, and while he could not bear that the other people should drink tea in front of him while he was not offered the tea. The people who had arranged for the satsang, the householders, they wanted to take that old man in the room so that they could talk with him a little bit more about the path and things like that. And so that is why they were serving tea to the Sangats before they would serve to that old man. But he did not have any patience. Finally, when he got upset, the household, the family people who had arranged the satsang, they became worried. So they brought the tea right on the dais. And at that time, he was so upset that he took off his turban and said that, "Now put the tea on my head." So the meaning of saying this is that no doubt he did a very good satsang. He quoted from many books. But the anger is not reduced by reading the books. The greed does not go away by reading the books. One does not achieve the real peace by doing all these outer things.
because reading the books and doing the satsang, these are all the things of the mind and intellect. One gets the real peace and one gets rid of it, one gets the anger and greed and all of the passions. One can leave only by going in the within and doing the meditation of now. ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਪਹਿਲੇ ਮਨ ਪ੍ਰਬੋਧ ਦੇ ਆਪਣਾ ਪਿੱਛੇ ਵਰੀ ਜਾਵੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰੋ ਫਿਰ ਕਿਸੇ ਨੂੰ ਸ਼ਾਂਤੀ ਦਾ ਉਪਦੇਸ਼ ਦਿਓ When he did that we all the non initiates we laughed and it also brought a bad name to the master you know that the owner of the dog is blamed if the dog does anything bad so just imagine that what kind of bad name or disgrace master Samant Singh had to bear because of that initiate Guru Nanak Sahib said that first of all you explain to your own mind and then try to make other people understand to thode age guru ramdas da shabd chota ja rakhya janda hai aap kehnde hai mukti naam vich hai shanti naam vich hai apne ghar wapas pahunchan vich hai so a brief hymn of guru ramdas is presented to you he says that the liberation is in naam the peace is in naam and the peace is only in reaching back to our real home ਅਗਰ ਨਾਮ ਸਾਨੂੰ ਮਿਲ ਜਾਂਦਾ ਹੈ ਅਸੀਂ ਕਮਾਈ ਕਰਕੇ ਅੰਦਰ ਪਹੁੰਚ ਜਾਂਦੇ ਹੈ ਤਾਂ ਸਾਨੂੰ ਸ਼ਾਂਤੀ ਆ ਜਾਂਦੀ ਹੈ ਤ੍ਰਿਪਤੀ ਆ ਜਾਂਦੀ ਹੈ ਸਾਡੀ ਜੋ ਭਟਕਣਾ ਹੈ ਜਨਮਾਂ ਜਨਮਾਤਰਾਂ ਦੀ ਉਹ ਖਤਮ ਹੋ ਜਾਂਦੀ ਹੈ ਇਫ ਵੀ ਗੈਟ ਦ ਨਾਮ ਐਂਡ ਆਫਟਰ ਮੈਡੀਟੇਟਿੰਗ ਇਫ ਵੀ ਗੋ ਇਨ ਟੂ ਦੀ ਵੀ ਗੈਟ ਦ ਸੈਟੀਸਫੈਕਸ਼ਨ ਵੀ ਗੈਟ ਦ ਪੀਸ ਐਂਡ ਆਲ ਓਵਰ ਵਾਂਡਰਿੰਗ ਹੇਅਰ ਐਂਡ ਥੇਅਰ ਵਿਚ ਵੀ ਹੈਵ ਬੀਨ ਡੂਇੰਗ ਫਰਮ ਏਜਸ ਐਂਡ ਏਜਸ ਬਰਥ ਆਫਟਰ ਬਰਥ ਦੈਟ ਆਲ ਕਮਸ ਟੂ ਐਨ ਐਂਡ ਸ੍ਰੀ ਰਾਗ ਮਹੱਲਾ ਚੌਥਾ ਪੰਨਾ 40 ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤ੍ਰਿਗ ਜੀਵਾਸ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣ ਤਾਸ ਨਾਮ ਲਫ਼ਜ਼ ਨਹੀਂ ਨਾਮ ਸਾਨੂੰ ਕਿਸੇ ਗ੍ਰੰਥ ਪੋਥੀ ਦੇ ਵਿੱਚੋਂ ਨਹੀਂ ਮਿਲਦਾ ਗਾ ਇਹ ਕਿਸੇ ਭਾਸ਼ਾ ਦਾ ਲਫ਼ਜ਼ ਨਹੀਂ ਗਾ ਨਾਮ ਸੰਤ ਸਾਡੇ ਅੰਦਰ ਟਿਕਾਉਂਦੇ ਹੈ ਉਹ ਬਿਨਾ ਲਿਖਿਆ ਕਾਨੂੰਨ ਹੈ ਬਿਨਾ ਬੋਲੀ ਭਾਸ਼ਾ ਹੈ ਨਾਮ ਇਜ਼ ਨਾਟ ਅ ਵਰਡ ਵੀ ਕੈਨ ਨਾਟ ਗੈਟ ਦ ਨਾਮ ਫਰਮ ਐਨੀ ਬੁੱਕ ਔਰ ਸਕ੍ਰਿਪਚਰ ਨਾਮ ਇਜ਼ ਨਾਟ ਰਿਟਨ ਇਨ ਐਨੀ ਪਰਟੀਕੁਲਰ ਲੈਂਗੁਏਜ ਨਾਮ ਇਜ਼ ਸਮਥਿੰਗ ਵਿਚ ਦ ਮਾਸਟਰ ਵਿਚ ਦ ਸੇਂਟ ਮੈਨੀਫੈਸਟ ਇਨ ਅਵਰ ਵਿਦਿਨ ਇਟ ਇਜ਼ ਐਨ ਅਨਰਿਟਨ ਲਾ ਐਂਡ ਅਨਸਪੋਕਨ ਲੈਂਗੁਏਜ ਪਰਮਾਤਮਾ ਨੇ ਸੰਤਾਂ ਮਹਾਤਮਾ ਨੂੰ ਨਾਮ ਦੇ ਭੰਡਾਰੀ ਬਣਾ ਕੇ ਇਸ ਸੰਸਾਰ ਵਿੱਚ ਭੇਜਿਆ ਹੁੰਦਾ ਹੈ God has sent the saints in this world after making them as the storekeeper of the naam ਜਿਸ ਤਰ੍ਹਾਂ ਕਿਸੇ ਕੰਪਨੀ ਦਾ ਏਜੰਟ ਉਸ ਕੰਪਨੀ ਦੇ ਮਾਲ ਦੇ ਜਾ ਕੇ ਫਾਇਦੇ ਦੱਸਦਾ ਦੁਕਾਨਾਂ ਦੇ ਉੱਪਰ ਸਟੋਰਾਂ ਤੇ ਕਿ ਸਾਡਾ ਮਾਲ ਇਤਨਾ ਮਜ਼ਬੂਤ ਹੈ ਇਸ ਦੇ ਇਹ ਫਾਇਦੇ ਹੈ ਇਸ ਤਰ੍ਹਾਂ ਅਸੀਂ ਤੁਹਾਨੂੰ ਇਹ ਦੇ ਸਕਦੇ ਹਾਂ ਇਸੇ ਤਰ੍ਹਾਂ ਉਹ ਪਰਮਾਤਮਾ ਆਪਣੇ ਪਿਆਰੇ ਬੱਚੇ ਸੰਤਾਂ ਦੇ ਅੰਦਰ ਬੈਠ ਕੇ ਨਾਮ ਦੇ ਫਾਇਦੇ ਦੱਸਦਾ ਹੈ ਉਹ ਮਹਾਤਮਾ ਨਾਮ ਦੇ ਫਾਇਦੇ ਦੱਸਦੇ ਹਨ ਔਰ ਨਾਮ ਨੂੰ ਪ੍ਰਾਪਤ ਕਰਨ ਦਾ ਸਾਧਨ ਯੁਗਤੀ ਦੱਸਦੇ ਹਨ ਔਰ ਕਿਸ ਤਰ੍ਹਾਂ ਨਾਮ ਦੇ ਪਾਸ ਪਹੁੰਚਣਾ ਹੈ ਕਿਹੜੀਆਂ ਚੀਜ਼ਾਂ ਨੂੰ ਛੱਡ ਕੇ ਪਹੁੰਚਣਾ ਹੈ ਉਹ ਅੱਛੀ ਤਰ੍ਹਾਂ ਸਮਝਾ ਦਿੰਦੇ ਹਨ ਇਟ ਇਜ਼ ਲਾਈਕ
the agent of a company goes to the consumers and goes to the stores and tells them about the good qualities of the product of the company. And he tells them that this will be our condition. We can supply the things to you like this. In the same way, God also sitting within his beloved children, like the agent does his job. In the same way, God also sitting within his beloved children in the saints tells us about the good qualities of the Naam. They tell us that how we can get the Naam. They tell us about the benefits of receiving the Naam. And they tell us that what things we have to give up before getting the Naam. And they tell us that how we have to manifest that Naam in our within. Koi gurmukh sajan je mile main dase prab gun taas haun tis vichon chokhaniye main naam kare ਪਰਗਾਸ। ਗੁਰੂ ਰਾਮਦਾਸ ਜੀ ਕਹਿੰਦੇ ਹੈ ਕਿ ਤ੍ਰਿਪਤੀ ਸ਼ਾਂਤੀ ਨਾਮ ਵਿੱਚ ਹੈ। ਪਰਮਾਤਮਾ ਅੱਗੇ ਫਰਿਆਦ ਕਰਦੇ ਹੈ ਕੋਈ ਐਸਾ ਸੱਜਣ, ਐਸਾ ਗੁਰਮੁਖ ਦੇ ਨਾਲ ਸਾਡਾ ਮਿਲਾਪ ਕਰ ਜਿਹੜਾ ਸਾਨੂੰ ਨਾਮ ਦੇ ਨਾਲ ਜੋੜ ਸਕੇ। ਫਿਰ ਕਹਿਣ ਲੱਗੇ, ਮੈਂ ਐਸੇ ਗੁਰਮੁਖ ਐਸੇ ਸੰਤ ਦੇ ਉੱਤੋਂ ਕੁਰਬਾਨ ਜਾਣਾ ਹੈ ਜਿਸ ਨੇ ਮੇਰੇ ਅੰਦਰ ਉਹ ਸ਼ਬਦ ਨਾਮ ਦੀ ਜੋਤ ਜਗਾ ਦਿੱਤੀ ਹੈ। Now Guru Ramdas says that the real satisfaction and the happiness, peace is in the Naam. He makes a request to Almighty Lord. He says that, Oh Lord, you bring me in contact of such a person, of such a Mahatma, who can connect me, who can make me contact the Shabad. And then he says that I am ready to sacrifice myself for that Mahatma who has connected me with the Shabad Naam and who has lit up the light of Shabad in my within. ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹਨ ਉਹ ਪਰਮਾਤਮਾ ਦੇ ਅੱਗੇ ਫਰਿਆਦਾਂ ਕਰਦੇ ਹਨ, ਬੇਨਤੀਆਂ ਕਰਦੇ ਹਨ ਕਿ ਤੂੰ ਸਾਨੂੰ ਐਸੇ ਗੁਰਮੁਖਾਂ ਦੇ ਨਾਲ ਮਿਲਾਪ ਕਰਾ। ਲੇਕਿਨ ਕੌਮਾਂ ਦੀਆਂ ਕੌਮਾਂ, ਮਜ਼ਬਾਂ ਦੇ ਮਜ਼ਬਜ ਇਸ ਚੀਜ਼ ਤੋਂ ਨਫ਼ਰਤ ਕਰਦੇ ਹੈ ਕਿ ਗੁਰੂ ਦੀ ਕੋਈ ਜ਼ਰੂਰਤ ਹੀ ਨਹੀਂ। ਤੁਸੀਂ ਸੋਚ ਕੇ ਦੇਖ ਲਓ, ਦੁਨੀਆਂ ਦਾ ਆਪਾਂ ਕੋਈ ਛੋਟੇ ਤੋਂ ਛੋਟਾ ਵੀ ਕੰਮ ਕਰਨਾ ਹੈ, ਸਾਨੂੰ ਉਸਤਾਦ ਦੀ ਲੋੜ ਪੈਂਦੀ ਹੈ। ਮਹਾਤਮਾ who are awakened and whose eyes are open, they always go on making this request to Almighty Lord that, Oh Lord, you give us the company of the Gurumukhs. But all the religions, the communities, and all the societies, they don't like this. They don't feel the necessity of going to the masters. They say that we don't need any master. ਹੋਂ ਤਿਸ ਵਿੱਚੋਂ ਚੋਖਣੀਏ ਮੈਂ ਨਾਮ ਕਰੇ ਪਰਗਾਸ ਮੇਰੇ ਪ੍ਰੀਤਮ ਹੋ ਜੀਵ ਨਾਮ ਤਿਆਏ। ਕਹਿੰਦੇ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ, ਨਾਮ ਦੀ ਸਮਝ ਆ ਜਾਂਦੀ ਹੈ, ਉਹਨਾਂ ਦਾ ਕਿਸ ਤਰ੍ਹਾਂ ਗੁਰੂ ਦੇ ਨਾਲ ਪਿਆਰ ਹੁੰਦਾ ਹੈ, ਕਿ ਉਸ ਨਾਮ ਦੀ ਕਿਸ ਤਰ੍ਹਾਂ ਕਮਾਈ ਕਰਦੇ ਹੈ, ਕਿਵੇਂ ਫਰਿਆਦਾਂ ਕਰਦੇ ਹੈ ਕਿ ਹੇ ਮੇਰੇ ਪ੍ਰੀਤਮਾ, ਹੇ ਮੇਰੇ ਪਿਆਰਿਆ, ਮੈਂ ਤੇਰਾ ਨਾਮ ਧਿਆ ਕੇ ਹੀ ਜੀ ਸਕਦਾ ਹੈ, ਤੇਰੇ ਨਾਮ ਦੇ ਨਾਲ ਜੁੜ ਕੇ ਹੀ ਜੀ ਸਕਦਾ ਹੈ, ਤੇਰੀ ਯਾਦ ਵਿੱਚ ਹੀ ਜੀ ਸਕਦਾ ਹੈ। ਜਿੱਥੇ ਤੇਰੀ ਕੋਈ ਗੱਲ ਨਹੀਂ ਕਰਦਾ ਗਾ, ਤੇਰਾ ਨਾਮ ਨਹੀਂ ਲੈਂਦਾ ਗਾ, ਉਸ ਸਭਾ ਦੇ ਵਿੱਚ ਜਾਣਾ ਹੀ ਪ੍ਰੇਮੀ ਵਾਸਤੇ ਦੁਰਕਾਰ ਹੋ ਜਾਂਦਾ ਹੈ। Now he says that what kind of love
those people have, those who have got the naam and those who have understand the importance of the naam. He says that such people always remain in the love of the Master. They say that I can live only by meditating on your naam. I can live only by remembering you. And I always like to be there where they always talk about you. I don't like to go in such meetings where they don't talk about you. Param Pita, Karpal, Majnu ji kahani sunaunde hunde san ke ek oont wala ja reha siga. ਮਜਨੂੰ ਨੂੰ ਪਤਾ ਲੱਗਿਆ ਕਿ ਇਹ ਲੇਲਾਂ ਦੇ ਕੋਲੋਂ ਆਇਆ ਹੈ, ਉਸ ਪਿੰਡ ਦਾ ਬੰਦਾ ਹੈ, ਉਹਦੇ ਨਾਲ ਉਹ ਲੇਲਾਂ ਦੀਆਂ ਗੱਲਾਂ ਕਰਦਾ ਗਿਆ, ਉਹ ਵੀ ਕਰਦਾ ਗਿਆ। ਕਹਿੰਦੇ ਵੀ 12 ਕੋਸ ਊਂਠ ਉਹ ਦੌੜਾਈ ਗਿਆ ਆਪਣੇ ਧਿਆਨ ਵਿੱਚ, ਉਹ ਵੀ ਉਹਦੇ ਨਾਲ ਹੀ ਭੱਜਿਆ ਗਿਆ। ਉਹਨੂੰ ਕੋਈ ਥਕੇਵਾਂ ਨਹੀਂ ਹੋਇਆ, ਕੋਈ ਬੁਰਾ ਨਹੀਂ ਲੱਗਿਆ, ਕਿਉਂਕਿ ਉਹਦੇ ਪ੍ਰੀਤਮ ਦੀਆਂ ਗੱਲਾਂ ਹੋ ਰਹੀਆਂ ਸਨ। ਇਸ ਵਾਸਤੇ 12 ਕੋ ਤੋਂ ਜਦ ਉਹ ਗੱਲ ਖਤਮ ਹੋਈ, ਉਹ ਵਾਪਸ ਮੁੜਿਆ ਆਇਆ। ਇਸ ਵਾਸਤੇ ਮਹਾਤਮਾ ਸਾਨੂੰ ਦੱਸਦੇ ਹੈ, ਜਿਨ੍ਹਾਂ ਦਾ ਸੱਚਾ ਇਸ਼ਕ, ਸੱਚਾ ਪਿਆਰ ਗੁਰੂ ਨਾਲ ਹੁੰਦਾ ਹੈ, ਉਹ ਉਸ ਜਗ੍ਹਾ ਦੀ ਖੋਜ ਵਿੱਚ ਹੁੰਦੇ ਹੈ ਜਿੱਥੇ ਉਹਨਾਂ ਦੇ ਗੁਰੂ ਦਾ ਕੋਈ ਪਿਆਰੇ ਦਾ ਨਾਮ ਲੈਂਦਾ ਹੈ। ਕੋਸ ਕਿਤਨਾ ਹੋ ਜੀ? ਹੈਂ, ਇੱਕ ਕੋਸ ਕਿਤਨਾ ਹੋ? ਕੋਸ ਨੀਲ ਗੇੜਾ, ਨੀਲ। ਸੁਪਰੀਮ ਫਾਦਰ ਕਿਰਪਾਲ ਯੂਸ ਟੂ ਟੈਲ ਅ ਸਟੋਰੀ ਆਫ ਮਜਨੂ ਦੈਟ ਵਾਂਸ Majnu met a person who was on the camel and he had come from the town of Laila. Majnu came to know that he has come from the town of Laila, and since he was in love with Laila, he started talking with that person who was on the camel about Laila. It is said that he talked with him while the camel rider traveled for about 12 miles, and he did not feel tired, he did not feel exhausted, even though he ran with the camel. And when the talk about Laila ended, then he came back. So he forgot about that distance because he was in the love of his beloved. So Master always used to say that those who are in the love of the Master, they are never aware of all these things, because they always search for the place where they talk about his beloved, and he always likes to go and be with those people who love his Master. Mere Preetma Ho Jeevana Mante Aai Bin Naave Jeevana Na Thiye Mere Sat Gur Naam Dirda ਹੁਣ ਆਤਮਾ ਖੁਸ਼ੀ ਵਿੱਚ ਗਦ ਗਦ ਹੋ ਕੇ ਗੁਰੂ ਦਾ ਸ਼ੁਕਰਾਨਾ ਕਰਦੀ ਹੈ ਕਿ ਕਿਸ ਤਰ੍ਹਾਂ ਦਇਆ ਕੀਤੀ, ਨਾ ਕੋਈ ਕੌਮ ਛਡਾਈ, ਨਾ ਮਰਜ਼ ਵਿਛਡਾਇਆ, ਨਾ ਮੈਥੋਂ ਕੋਈ ਨਾਮ ਦਾ ਫੀਸ ਹੀ ਲਈ। ਕਹਿਣ ਲੱਗੇ ਕਿ ਇਹ ਗੁਰੂ ਦੀ ਦਇਆ ਸੀ, ਇਸ ਵਾਸਤੇ ਸਤਿਗੁਰੂ ਦਾ ਸ਼ੁਕਰਾਨਾ ਆਤਮਾ ਕਰਦੀ ਹੈ ਕਿ ਮੈਂ ਕਿਸ ਤਰ੍ਹਾਂ ਕਰਾਂ। ਸਤਿਗੁਰੂ ਦਾ ਸ਼ੁਕਰਾਨਾ ਅਸੀਂ ਭਜਨ ਅਭਿਆਸ ਦੇ ਨਾਲ ਅੰਦਰ ਪਹੁੰਚ ਕੇ ਹੀ ਕਰ ਸਕਦੇ ਹਾਂ। Now the soul being overwhelmed with the happiness is expressing her gratitude to the Master. She says that I have got such a Master who did not make me leave my religion, who did not make me change any of my outer thing, and he still gave me that wealth of naam. And now how can I express my gratitude, how can I be grateful to my Master for the blessing of naam he has given to me? We can express our gratitude and become thankful to the Master for the blessings of naam only by doing our meditations. ਮਹਾਰਾਜ ਸਾਵਣ ਸਿੰਘ ਦਾ ਇੱਕ ਨਾਮ ਲੇਵਾ ਟੀਚਰ ਹੁੰਦਾ ਸੀ ਲੁਧਿਆਣੇ ਦੇ ਅੰਦਰ। ਉਹ ਸੁਬਹਾ ਸੈਰ ਵਾਸਤੇ ਬਾਹਰ ਨਿਕਲਿਆ
ਜਿਉਂ ਖਿਆਲ ਸਤਿਗੁਰੂ ਦੇ ਸਰੂਪ ਨਾਲ ਜੁੜਿਆ, ਸਿਮਰਨ ਦੇ ਨਾਲ ਜੁੜਿਆ, 13 ਮੀਲ ਚਲਿਆ ਗਿਆ, ਪਤਾ ਨਾ ਲੱਗਿਆ। ਜਦ ਉੱਥੇ ਉਹਨੇ ਜਾ ਕੇ ਪੁੱਛਿਆ ਕਿ ਵੀ ਲੁਧਿਆਣਾ ਕਿੰਨੀ ਦੂਰ ਹੈ, ਉਹ ਕਹਿੰਦੇ 13 ਮੀਲ ਹੈ। ਕਹਿਣ ਲੱਗਿਆ ਹੈ ਮੈਨੂੰ ਪਤਾ ਹੀ ਨਹੀਂ ਲੱਗਿਆ। ਉਹ ਲੋਕ ਕਹਿਣ ਲੱਗੇ ਕਿ ਜੀ ਤੁਹਾਡਾ ਕੋਈ ਟਾਂਗੇ ਵਗੈਰਾ ਦਾ ਇੰਤਜ਼ਾਮ ਕਰ ਦਈਏ, ਤੁਹਾਨੂੰ ਜਾਣਾ ਮੁਸ਼ਕਿਲ ਹੋਏਗਾ। ਉਹ ਹੱਸ ਕੇ ਕਹਿਣ ਲੱਗਿਆ ਕਿ ਜਿਹੜੀ ਤਾਕਤ ਮੈਨੂੰ ਪਹਿਲਾਂ ਇੱਥੇ ਲਿਆਈ ਹੈ ਉਹ ਹੁਣ ਵੀ ਉੱਥੇ ਲੈ ਜਾਏਗੀ। ਸੋ ਜਿਨ੍ਹਾਂ ਦਾ ਸਿਮਰ ਨਾਲ ਪਿਆਰ ਹੁੰਦਾ ਹੈ, ਗੁਰੂ ਨਾਲ ਪਿਆਰ ਹੁੰਦਾ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਗਾ ਕਿ ਵਕਤ ਕਿਸ ਤਰ੍ਹਾਂ ਗੁਜ਼ਰਦਾ ਹੈ। ਮਾਸਟਰ ਸਾਵਨ ਸਿੰਘ ਹੈਡ ਐਨ ਇਨੀਸ਼ੀਏਟ ਹੂ ਵਾਸ ਟੀਚਰ ਬਾਈ ਪ੍ਰੋਫੈਸ਼ਨ ਐਂਡ ਹੀ ਯੂਜ਼ ਟੂ ਲਿਵ ਇਨ ਅ ਟਾਊਨ ਆਫ ਲੁਧਿਆਣਾ। He used to go for the morning walks. Once it so happened that while he was taking his morning walk, his attention went in the Simran and in the form of the master, and he became so intoxicated in that he was not aware that he was walking, and he walked for 13 miles away from Ludhiana. When he finally came to realize that he had walked so far, and he asked the people that how far is Ludhiana, they told him that it was 13 miles. He was surprised. He said that I didn't remain aware that I had walked so far. Those people said that should we arrange anything for you like tonga or some other kind of transportation? He said that no. He became very happy and he said that no, the power who has brought me here, the same power will take me back. So I mean to say that those who love the Simran, those who love the master, they never remain aware of the time. Bin naave jeevan na thiye ਮੇਰੇ ਸਤਿਗੁਰ ਨਾਮ ਦਿਰੜਾਈ, ਨਾਮ ਅਮੂਲਕ ਰਤਨ ਹੈ, ਪੂਰੇ ਸਤਿਗੁਰ ਪਾਸ। ਹੁਣ ਗੁਰੂ ਰਾਮਦਾਸ ਕਹਿੰਦੇ ਹੈ ਨਾਮ ਅਮੋਲਕ ਹੈ, ਇਹ ਅਮੋਲਕ ਵਸਤੂ ਹੈ, ਅਮੋਲਕ ਰਤਨ ਹੈ, ਇਹ ਖੇਤਾਂ 'ਚ ਉਗਾ ਨਹੀਂ ਸਕਦੇ ਜਿਮੀਦਾਰ, ਔਰ ਦੁਕਾਨਾਂ ਦੇ ਉੱਤੇ ਵਿਕਦਾ ਨਹੀਂ ਗਾ, ਇਹ ਸੰਤ ਸਤਿਗੁਰੂ ਦੇ ਪਾਸ ਹੀ ਪਰਮਾਤਮਾ ਨੇ ਰੱਖਿਆ ਹੋਇਆ ਹੈ। ਨਾ ਗੁਰੂ ਰਾਮਦਾਸ ਸੇ ਦੈਟ ਨਾਮ ਇਜ਼ ਪ੍ਰਾਈਸਲੈਸ, ਇਟ ਇਜ਼ ਵੈਰੀ ਪ੍ਰੈਸ਼ੀਅਸ, ਇਟ ਇਜ਼ ਲਾਈਕ ਅ ਪ੍ਰੈਸ਼ੀਅਸ ਜੈਮ, ਐਂਡ ਯੂ ਕੈਨ ਨਾਟ ਸੈਲ ਦਿਸ, ਯੂ ਕੈਨ ਨਾਟ ਬਾਏ ਦਿਸ ਫਰੋਮ ਦਾ ਸ਼ਾਪ ਆਫ ਦਾ ਟ੍ਰੇਡਰ, ਯੂ ਕੈਨ ਨਾਟ, ਦਾ ਫਾਰਮਰਸ ਕੈਨ ਨਾਟ ਗਰੋ ਦਿਸ ਇਨ ਦਾ ਫੀਲਡ। ਨਾਮ ਇਜ਼ ਦਾ ਵੈਲਥ ਵਿਚ ਇਜ਼ ਵਿਦ ਦਾ ਸੇਂਟਸ ਐਂਡ ਯੂ ਕੈਨ ਹੈਵ ਇਟ ਓਨਲੀ ਬਾਏ ਗੋਇੰਗ ਟੂ ਦੈਮ। ਮੈਂ ਦੱਸਦਾ ਹੁੰਦਾ ਹਾਂ ਕਿ ਪਰਮਾਤਮਾ ਦੀ ਭਗਤੀ ਅਮੋਲਕ ਧਨ ਹੈ, ਉੱਤਮ ਚੀਜ਼ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਇਹ ਨਾਸਕ ਹੈ, ਸੱਚਾ ਸੁੱਖ ਸੱਚੀ ਇੱਜ਼ਤ ਦੀ ਇਹ ਦਾਤਾ ਹੈ, ਲੇਕਿਨ ਇਹ ਭਗਤੀ ਦਾ ਧਨ, ਨਾਮ ਦਾ ਧਨ ਅਸੀਂ ਆਪਣੇ ਆਪ ਪ੍ਰਾਪਤ ਨਹੀਂ ਕਰ ਸਕਦੇ। ਜਿੰਨਾ ਚਿਰ ਅਸੀਂ ਸੰਤ ਸਤਿਗੁਰੂ ਦੇ ਚਰਨਾਂ ਵਿੱਚ ਨਹੀਂ ਪਹੁੰਚਦੇ ਗਏ, ਪਰਮਾਤਮਾ ਦੇ ਭਗਤ, ਪਰਮਾਤਮਾ ਦੇ ਪਿਆਰੇ ਪਰਮਾਤਮਾ ਤੋਂ ਵੱਧ ਕੇ ਹੁੰਦੇ ਹੈ, ਕਿਉਂਕਿ ਉਹਨਾਂ ਨੇ ਪਿਆਰ ਨਾਲ ਆਪਣੇ ਪਰਮਾਤਮਾ ਨੂੰ, ਆਪਣੇ ਗੁਰੂ ਨੂੰ ਪਿਆਰ ਦੀਆਂ ਸੰਗਲੀਆਂ ਦੇ ਨਾਲ ਬੰਨ ਲਿਆ ਹੈ। ਹੁਣ ਜੋ ਉਹ ਚਾਹੁੰਦੇ ਹੈ ਉਹਨਾਂ ਦਾ ਪਰਮਾਤਮਾ ਉਸੇ ਤਰ੍ਹਾਂ ਕਰਦਾ ਹੈ। I have often said that naam is a precious wealth. It is a priceless thing. It is the remover of lust, anger, greed, attachment and egoism, and it is the giver of real peace, real respect and happiness. We cannot obtain this precious wealth of devotion of Lord by our own efforts unless we go in the company of the master who has himself received this wealth of devotion. We cannot do the devotion and we cannot obtain this wealth. The devotees of God are not less than God himself because they have pleased God on them and they have tied him with the chains of love. Since God has been pleased on them, whatever they want God will do for them.
So unless we go to the in the company of the masters who have pleased God and who have manifested God within them, we cannot do the devotion of Lord by ourselves. Bhagat Namdev kende hai, meri baddi bhagat chadava, badda bhagat na chuta mohe, ek same moh pae bhagat banna, to moh pae jawab na hoye, Bhagwan kehne lagya ke bhagat di baddi main chada nahi sakda, meri baddi nu bhagat chada sakda hai. ਪਰਮਾਤਮਾ ਕਹਿਣ ਲੱਗਿਆ ਅਗਰ ਮੈਨੂੰ ਵੀ ਉਹ ਬੰਨ ਦੇਵੇ ਮੈਂ ਇਹ ਨਹੀਂ ਪੁੱਛ ਸਕਦਾ ਕਿ ਮੈਨੂੰ ਕਿਸ ਅਪਰਾਧ ਵਿੱਚ ਬੱਧਾ ਹੈ ਸੰਤ ਮਹਾਤਮਾ ਪਰਮਾਤਮਾ ਤੋਂ ਬੜੇ ਨਹੀਂ ਹੁੰਦੇ ਗੇ ਉਹ ਕੋਈ ਉਹਦੇ ਸ਼ਰੀਕ ਨਹੀਂ ਹੁੰਦੇ ਗੇ ਉਹਨਾਂ ਨੇ ਪਿਆਰ ਨਾਲ ਉਹਨੂੰ ਆਪਣੇ ਵਸ ਵਿੱਚ ਕਰ ਲਿਆ ਹੈ ਕਿਉਂਕਿ ਪਿਆਰ ਬੜਾ ਜਾਦੂ ਹੈ ਪਰਮਾਤਮਾ ਪਿਆਰ ਹੈ ਮਹਾਤਮਾ ਵੀ ਪਿਆਰ ਦੇ ਰੂਪ ਹੋ ਜਾਂਦੇ ਹੈ ਤੁਸੀਂ ਦੇਖਦੇ ਹੋ ਇੱਕ ਦੁਨੀਆਦਾਰ ਪਿਤਾ ਵੀ ਬੱਚੇ ਦੇ ਪਿਆਰ ਉੱਤੇ ਖੁਸ਼ ਹੋ ਕੇ ਜੋ ਵਸਤੂ ਹੈ ਦੇ ਦਿੰਦਾ ਹੈ ਪਰਮਾਤਮਾ ਦਾ ਤਾਂ ਇਸ ਤੋਂ ਕੀ ਅਸੀਂ ਬਿਆਨ ਕਰ ਸਕਦੇ ਹਾਂ ਸੋ ਸੰਤ ਮਹਾਤਮਾ ਪਿਆਰ ਨਾਲ ਆਪਦੇ ਵਸ ਵਿੱਚ ਪਰਮਾਤਮਾ ਨੂੰ ਕਰ ਲੈਂਦੇ ਹਨ ਭਗਤ ਨਾਮਦੇਵ ਸੇਸ ਦੈਟ ਗੋਡ ਸੇਸ ਦੈਟ ਇਫ ਦ ਡੈਵੋਟੀ ਇਫ ਆਈ ਟਾਈ ਐਨੀਵਨ ਡੈਵੋਟੀ ਕੈਨ ਰਿਲੀਜ਼ ਹਿਮ ਬਟ ਇਫ ਦ ਡੈਵੋਟੀ ਟਾਈਜ਼ ਮੀ ਇਫ ਦ ਡੈਵੋਟੀ ਟਾਈਜ਼ ਐਨੀਵਨ ਆਈ ਕੈਨ ਨਾਟ ਰਿਲੀਜ਼ ਹਿਮ ਐਂਡ ਇਫ ਵਿਦ ਲਵ ਡੈਵੋਟੀ ਟਾਈਜ਼ ਮੀ I cannot get released myself. It is not that saints or the devotee of God are superior than God or they are greater than God. They do not become equals of God. It is that they have controlled God with the love. They have loved Him so much that God is controlled with that love. And you know that even a worldly father would give anything the child would want if the child is loving the father. So how can we mention about the love of Almighty Lord? The love of the Master is thousands of times more than the love of the worldly parents put together. So here he says that the devotees of God, saints, the Masters have tied God in the chains of love and they have pleased God on themselves. Naam amool ka ratan hai Puri Satgur Paasam Satgur Sive Lagya Kad Ratan Deve Paragasam Kende Amolak hai naam ਮੁੱਲ ਨੂੰ ਨਹੀਂ ਮਿਲ ਸਕਦਾ ਗਾ ਕਹਿਣ ਲੱਗੇ ਜੋ ਸੰਤ ਸਤਿਗੁਰਾਂ ਦੇ ਕਹੇ ਮੁਤਾਬਕ ਆਪਣਾ ਜੀਵਨ ਟਾਲਦੇ ਹੈ ਅਭਿਆਸ ਕਰਦੇ ਹੈ ਉਹ ਉਹਨਾਂ ਦੇ ਅੱਗੇ ਰਤਨ ਨੂੰ ਕੱਢ ਕੇ ਰੱਖ ਦਿੰਦਾ ਹੈ ਕਿਉਂਕਿ ਪਿਆਰੇ ਬੱਚੇ ਤੋਂ ਬਾਪ ਕੁਛ ਵੀ ਨਹੀਂ ਲੁਕਾਉਂਦਾ ਗਾ ਸੰਤ ਸਤਿਗੁਰੂ ਆਪਣੀਆਂ ਬਰਕਤਾਂ ਲੈ ਕੇ ਐਸੇ ਬੱਚੇ ਦੇ ਅੰਦਰ ਪ੍ਰਗਟ ਹੋ ਜਾਂਦੇ Now he says that naam is priceless. We cannot get it by paying any price. But Sant Sadgurus give this precious gem, give this precious wealth to the obedient child. Just like the father does not hide any of his wealth from an obedient child, in the same way, Sant Sadgurus do not hide this wealth from the obedient disciple. Those who mold their lives according to the instructions of the masters, give this gem, give this ruby to them. Satguru Sive Lagya ਕੱਢ ਰਤਨ ਦੇਵੈ ਪਰਗਾਸ ਧਨ ਵਡ ਭਾਗੀ ਵਡ ਭਾਗੀਆ ਜੋ ਆਏ ਮਿਲੇ ਗੁਰ ਪਾ
ਸਨ। ਅਸੀਂ ਆਮ ਤੌਰ ਦੇ ਉੱਤੇ ਵੱਡੇ ਭਾਗਾਂ ਵਾਲੇ ਕਦੋਂ ਕਹਿੰਦੇ ਹੈ ਹੁੰਦੇ ਹੈ ਜਦ ਸਾਨੂੰ ਕੋਈ ਸਰਕਾਰੀ ਅਹੁਦਾ ਮਿਲ ਜਾਵੇ, ਘਰ ਅੰਦਰ ਔਲਾਦ ਪੈਦਾ ਹੋ ਜਾਵੇ, ਬਿਮਾਰੀ ਤੋਂ ਛੁਟਕਾਰਾ ਹੋ ਕੇ ਤੰਦਰੁਸਤੀ ਮਿਲ ਜਾਵੇ, ਅਸੀਂ ਕਹਿੰਦੇ ਬੜੇ ਉੱਚੇ ਭਾਗਾਂ ਦੀ ਗੱਲ ਹੈ। ਲੇਕਿਨ ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਹੈ ਉਹ ਕਹਿੰਦੇ ਆ ਕੌਣ ਉੱਚੇ ਭਾਗਾਂ ਵਾਲੇ ਹੈ, ਕੌਣ ਵੱਡੇ ਭਾਗਾਂ ਵਾਲੇ ਹੈ, ਜੋ ਇਨਸਾਨੀ ਜਾਮਾ ਪਾ ਕੇ ਸੰਤ ਸਤਿਗੁਰਾਂ ਦੇ ਪਾਸ ਆ ਕੇ ਬੈਠ ਜਾਂਦੇ ਹੈ, ਉਹਨਾਂ ਦੀ ਸੰਗਤ ਸੁਭ ਦੇ ਵਿੱਚ ਆਪਣੇ ਜੀਵਨ ਨੂੰ ਸੁਫਲਾ ਕਰਕੇ ਉਹ ਪਰਮਾਤਮਾ ਦੇ ਪਾਸ ਪਹੁੰਚ ਜਾਂਦੇ ਹਨ। Usually when do we call ourselves or when do we say that we are the most fortunate ones? Only when we get some good position in the government service or when we get promotion or if we get any children in the family or if we were sick and then if we became healthy, then we say that we are the most fortunate ones. But saints, those whose eyes are open and those who are awakened, they say that when do we become the most fortunate ones? Only when graciously God gives us the human body. And afterwards, if graciously He brings us in the company of the saints and masters, and if we are able to spend, if we are able to live in the company of the saints and Mahatmas and make our lives worthy, make our life successful, only then we should call ourselves as the most fortunate ones. Guru Nanak Dev Ji Maharaj kehnde hai, vad bhagi gur sangat paavai, bhag heen bharm chotan khaavai, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਉ। ਗੁਰੂ ਨਾਨਕ ਦੇਵ ਜੀ ਸੇਜ਼ ਦੈਟ ਦ ਮੋਸਟ ਫੋਰਚੂਨੇਟ ਵਨਸ ਗੈਟ ਦੀ ਕੰਪਨੀ ਆਫ ਦ ਮਾਸਟਰਸ ਐਂਡ ਦੀ ਅਨਫੋਰਚੂਨੇਟ ਵਨਸ ਆਲਵੇਸ ਗੈਟ ਦ ਬੀਟਿੰਗ ਐਂਡ ਦੇ ਆਲਵੇਸ ਰਿਮੇਨ ਅਵੇ ਫਰੋਮ ਦ ਰਿਮੇਨ ਫਾਰ ਅਵੇ ਫਰੋਮ ਦ ਮਾਸਟਰ ਵਿਦਆਊਟ ਗੋਇੰਗ ਇਨ ਦੀ ਕੰਪਨੀ ਆਫ ਦ ਮਾਸਟਰਸ ਵਨ ਕੈਨੋਟ ਗੈਟ ਰਿਡ ਆਫ ਦ ਡਰਟ ਇਫ ਯੂ ਆਰ ਅਵੇ ਫਰੋਮ ਦ ਮਾਸਟਰ ਯੂ ਗੋ ਔਨ ਗੈਟਿੰਗ ਡਰਟ ਔਨ ਯੋਰ ਸੋਲ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਪੂਰਵ ਕਰਮ ਅੰਕਰ ਜਬ ਪ੍ਰਗਟੇ ਭੇਟਿਆ ਪੁਰਸ਼ ਰਸਕ ਵੈਰਾਗੀ ਮਿਟਿਆ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਗੁਰੂ ਨਾਨਕ ਸਾਹਿਬ ਸੇਜ਼ ਦੈਟ ਵੈਨ ਦ ਸੀਡ ਆਫ ਦ ਪਾਸਟ ਕਰਮਾਸ ਗਰੋ ਅਪ ਦੈਨ ਵੀ ਕਮ ਟੂ ਮੀਟ ਦੈਨ ਵੀ ਕਮ ਅਕਰੋਸ ਦ ਰਿਡੈਂਪਸ਼ਨ ਸੋਲ। ਨਾਨਕ ਸੇਜ਼ ਦੈਟ ਦ ਡਾਰਕਨੈਸ ਇਜ਼ ਰਿਮੂਵਡ ਐਂਡ ਵੀ ਆਰ ਅਵੇਕਨ ਫਰੋਮ ਦ ਸਲੰਬਰ ਆਫ ਏਜਸ ਐਂਡ ਏਜਸ। ਕਬੀਰ ਸਾਹਿਬ ਕਹਿੰਦੇ ਆ ਕਬੀਰਾ ਕਹਾਣੀ ਪੀੜ ਦੇ ਸਤਿਗੁਰੂ ਲਏ ਛਡਾਏ ਪਰਾ ਪੂਰਵਲੀ ਭਾਵਨੀ ਤੇ ਪ੍ਰਗਟ ਹੋਈ ਆਏ। ਕਬੀਰ ਸਾਹਿਬ ਸੇਜ਼ ਦੈਟ ਇਵਨ ਇਫ ਵੀ ਆਰ ਬੀਇੰਗ ਚਰਨ ਇਨ ਦ ਮਿਲ ਇਵਨ ਇਫ ਵੀ ਆਰ ਬੀਇੰਗ ਕਿਲਡ ਇਨ ਦ ਮਿਲ ਬਟ ਇਫ ਇਟ ਇਜ਼ ਰਿਟਨ ਇਨ ਅਵਰ ਫੇਟ ਦ ਸਤਿਗੁਰੂ ਵਿਲ ਕਮ ਐਂਡ ਵਿਲ ਲਿਬਰੇਟ ਅਸ ਫਰੋਮ ਦੈਟ ਸਫਰਿੰਗ ਵੀ ਮੀਟ ਦ ਮਾਸਟਰ ਓਨਲੀ ਇਫ ਇਟ ਇਜ਼ ਰਿਟਨ ਇਨ ਅਵਰ ਡੈਸਟੀਨੀ। ਧੰਨ ਵਡ ਭਾਗੀ ਵਡ ਭਾਗੀਆ ਜੋ ਆਏ ਮਿਲੇ ਗੁਰ ਪਾਸ ਜਿਨ ਸਤ ਗੁਰ ਪੁਰਖ ਨਾ ਭੇਟਿਓ ਸੀ ਭਾਗ ਹੀਣ ਵਸ ਕਾਲ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਆ ਜਿਹਨੂੰ ਇਨਸਾਨੀ ਜਾਮਾ ਪਾ ਕੇ ਪੂਰਾ ਗੁਰੂ ਨਹੀਂ ਮਿਲਿਆ, ਪੂਰਾ ਨਾਮ ਨਹੀਂ ਮਿਲਿਆ, ਕਹਿੰਦੇ ਉਹ ਭਾਗਹੀਣ ਹਨ ਔਰ ਉਹ ਕਾਲ ਦੇ ਵਸ ਵਿੱਚ ਪੈਣਗੇ, ਕਾਲ ਉਹਨਾਂ ਦੀ ਖਬਰ ਲਏਗਾ, ਇਸ ਅਸ਼ਾਂਤ ਦੁਨੀਆਂ ਦੇ ਵਿੱਚ ਆਉਣਗੇ ਜਾਣਗੇ ਔਰ ਜੰਮਣ ਮਰਨਗੇ, ਇਸ ਚੱਕਰ ਵਿੱਚ ਪਏ ਰਹਿਣਗੇ। ਨਾਉ ਗੁਰੂ ਰਾਮਦਾਸ ਜੀ ਮਹਾਰਾਜ ਸੇਜ਼ ਦੈਟ ਦੋਜ਼ ਹੂ ਡਿਡ ਨਾਟ ਗੈਟ ਦ ਪਰਫੈਕਟ ਮਾਸਟਰ ਐਂਡ ਪਰਫੈਕਟ ਇਨੀਸ਼ੀਏਸ਼ਨ ਇਵਨ ਆਫਟਰ ਗੈਟਿੰਗ ਦ ਹਿਊਮਨ ਬਾਡੀ ਦੇ ਵਿਲ ਫਾਲ ਪ੍ਰੇ ਟੂ ਦ ਨੈਗੇਟਿਵ ਪਾਵਰ ਦੇ ਵਿਲ ਗੋ ਟੂ ਦ ਨੈਗੇਟਿਵ ਪਾਵਰ ਦੇ ਵਿਲ ਫਾਲ ਇਨ ਦ ਸਾਈਕਲ ਆਫ ਬਰਥ ਐਂਡ ਡੈਥ ਦੇ ਵਿਲ ਕਮ ਬੈਕ ਇਨ ਦਿਸ
world in this creation of negative power which is full of unrest again and again. ਜਿਨ੍ਹਾਂ ਸਤਿਗੁਰ ਪੁਰਖ ਨਾ ਪੀਤਿਓ ਸੀ ਪਾਗਹੀਣ ਵਸ ਕਾਲ ਓਏ ਫਿਰ ਫਿਰ ਜੋਨ ਪਵਾਈ ਹੈ ਵਿੱਚ ਵਿਸ਼ਟਾ ਕਰ ਵਿਕਰਾਲ। ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਨੂੰ ਨਾਮ ਨਹੀਂ ਮਿਲਿਆ, ਸੰਤਾਂ ਕੋਲੇ ਨਹੀਂ ਗਏ, ਉਹ ਭੈੜੇ ਕਰਮਾਂ ਵਾਲੇ ਹੈ, ਭਾਗਹੀਣ ਹਨ। ਕਹਿਣ ਲੱਗੇ ਮੌਤ ਤੋਂ ਬਾਅਦ ਕਾਲ ਵੀ ਉਹਨਾਂ ਨੂੰ ਸਜ਼ਾ ਦੇਵੇਗਾ, ਬਿਸ਼ਟਾਂ ਦੇ ਕੀੜਿਆਂ ਤੱਕ ਬਣਾ ਦੇਵੇਗਾ। ਗੁਰੂ ਨਾਨਕ ਸਾਹਿਬ ਸੇ ਦੈਟ ਦੋਜ਼ ਹੂ ਡਿਡ ਨਾਟ ਗੋ ਟੂ ਦ ਮਾਸਟਰ ਐਂਡ ਦੋਜ਼ ਹੂ ਡਿਡ ਨਾਟ ਗੈਟ ਦ ਨਾਮ ਦੇ ਆਰ ਦ ਮੋਸਟ ਅਨਫੋਰਚੂਨੇਟ ਵਨਸ ਐਂਡ ਈਵਨ ਦ ਨੈਗੇਟਿਵ ਪਾਵਰ ਵਿਲ ਗਿਵ ਦੈਮ ਦ ਪਨਿਸ਼ਮੈਂਟ ਆਫਟਰ ਦ ਡੈਥ। ਦ ਨੈਗੇਟਿਵ ਪਾਵਰ may even make them the creatures of the dirt. Oye phir phir joon pavai hai vich vishta kar vikral un paas duas na peti hai ਜਿਨੇ ਅੰਤਰ ਕ੍ਰੋਧ ਚਿੰਦਾਲ। ਮੈਂ ਦੱਸਦਾ ਹੁੰਦਾ ਕਿ ਸੰਤ ਮਤ ਕਿਸੇ ਵੀ ਸਮਾਜ ਦੀ ਨਿੰਦਿਆ ਜਾਂ ਆਲੋਚਨਾ ਨਹੀਂ ਕਰਦੀਗੀ। ਇਹ ਆਪਣੇ ਆਪ ਨੂੰ ਸੁਧਾਰਨ ਦਾ ਮਤ ਹੈ। ਆਪਣੇ ਆਪ ਨੂੰ ਅਸੀਂ ਉਦੋਂ ਹੀ ਸੁਧਾਰ ਸਕਦੇ ਹਾਂ ਜਦ ਇਹਨਾਂ ਪੰਜਾਂ ਡਾਕੂਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਛੁਟਕਾਰਾ ਪਾ ਲਵਾਂਗੇ। ਕਹਿਣ ਲੱਗੇ ਕ੍ਰੋਧ ਜਿਹੜਾ ਹੈ ਇਹ ਤਤਕਾਲ ਦਾ ਪਾਗਲਪਨ ਹੈ। ਕ੍ਰੋਧੀ ਆਦਮੀ ਖੁਦ ਵੀ ਅਸ਼ਾਂਤ ਰਹਿੰਦਾ ਹੈ ਔਰ ਪਰਿਵਾਰ ਨੂੰ ਵੀ ਅਸ਼ਾਂਤ ਰੱਖਦਾ ਹੈ। ਤੋ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੈ ਕ੍ਰੋਧੀ ਦੇ ਪਾਸ ਨਾ ਬੈਠੋ, ਕ੍ਰੋਧੀ ਤੋਂ ਦੂਰ ਰਹੋ। ਇਸ ਵਾਸਤੇ ਇੱਕ ਵਾਰੀ ਜਾਏ ਬਿਨਾਂ ਤਾਂ ਪਤਾ ਨਹੀਂ ਲੱਗਦਾ ਗਾ, ਲੇਕਿਨ ਦੁਮਾਰੇ ਕ੍ਰੋਧੀ ਤੋਂ ਦੂਰ ਰਹੋ। ਪਤਾ ਨਹੀਂ ਉਸਨੇ ਕਦ ਉਸਨੂੰ ਦੌਰਾ ਪੈ ਜਾਣਾ ਹੈ, ਆਪ ਹੀ ਸ਼ਾਂਤ ਹੋਏਗਾ, ਤੁਹਾਨੂੰ ਵੀ ਕਰੇਗਾ। I have often said that Sant Mat does not criticize or comment on the other religions or the other paths, because this is the path of self-improvement, and we can improve ourselves only when we get rid of lust, anger, greed, attachment and egoism, and we can get rid of all these passions and the bad qualities only when we go in the within, and only after going in the within we can make ourselves better. So here he says that anger is a spontaneous madness. He who is affected by the anger not only himself becomes restless, but he also keeps his family and the people who are around him restless. You will not know about the person who is angry unless you go near him, but once you have realized that he is an angry person and he is affected by the anger, Guru Sabiyar says that you should not go and sit near the person who is full of anger and who is attacked by the anger, because if you will go and sit with him, you may also get affected by it. Maharaj Savan Singh ik krodhi di kahani sunonde hunde san jo nishere ohna de naukri de dauran hunda siga us va chah karan lagya ag na bali lakdiyan geliyan san chup karke manje te pae gaya gusse de vich ve ag nahi baldi gi pae pae nu gussa aaya baharang ਬਣੀ ਹੋਈ ਸੀਗੀ, ਫੂਸ ਵਗੈਰਾ ਉਖਰੀ ਜੀ ਹੁੰਦੀ, ਉਹ ਉੱਪਰ ਸੀਗੀ, ਉਹ ਸੁੱਕੀ ਸੀ। ਕਹਿਣ ਲੱਗਿਆ ਚੁੱਲ੍ਹੇ 'ਚ ਤਾਂ ਨਹੀਂ ਬਲਦੀਗੀ, ਇੱਥੇ ਤਾਂ ਬਲੇਗੀ। ਪਹਿਲਾਂ ਉਸਨੇ ਉੱਠ ਕੇ ਚੁੱਲ੍ਹੇ 'ਚ ਪਾਣੀ ਪਾਇਆ,
ਫਿਰ ਚੁੱਲ੍ਹੇ ਨੂੰ ਢਾਇਆ, ਆਖਰ ਦੇ ਉੱਤੇ ਆ ਕੇ ਉਸਨੇ ਉਹ ਬਾਰੰਗ ਨੂੰ ਅੱਗ ਲਾਈ। ਅਲਾਰਮ ਵੱਜ ਗਿਆ, ਫਾਇਰ ਬ੍ਰਿਗੇਡ ਅੱਗ ਬੁਝਾਉਣ ਵਾਸਤੇ ਆਇਆ। ਤੋ ਉਹ ਖੜਾ ਅਫਸੋਸ ਨਹੀਂ ਕਰ ਰਿਹਾ ਸੀਗਾ, ਬਲਕਿ ਇਹ ਕਹਿ ਰਿਹਾ ਸੀਗਾ ਕਿ ਹੁਣ ਕਿਵੇਂ ਬਲਦੀ ਹੈ। ਤੋ ਮਹਾਰਾਜ ਕਹਿੰਦੇ ਹੁੰਦੇ ਇਹ ਹਾਲਤ ਕ੍ਰੋਧੀ ਦੀ ਹੈ। Master Sawant Singh ji used to tell a story about a person, an angry person, who was at the time when Master Sawant Singh used to serve in the army. And once that person, this happened in the town of Nashera. One morning that person woke up and he wanted to burn some fire to make some tea. But something went wrong and he could not burn the fire. The match won't burn. So he became very upset. And he went to his bed and he was very upset, very angry at that time. And he woke up, he got up again and he smashed the fireplace and he put the water in the fireplace. And still he was not satisfied. He was so angry that he burned the matchstick and burned the barrack in which they were living, which was made of hay and straw. And it alarmed the fire brigade people and they came to extinguish the fire. And he was not sorry for what he had done, but instead he was saying, that you were not burning. He was telling to the fire that you were not burning in the fireplace. How are you burning here? So this is the condition of the angry people. ਇੱਕ ਮੇਰਾ ਪ੍ਰੇਮੀ ਹੈ, ਕਮ ਸੇ ਕਮ 25-26 ਸਾਲ ਤੋਂ ਅਸੀਂ ਇਕੱਠੇ ਜ਼ਿੰਦਗੀ ਬਿਤਾ ਰਹੇ ਹਾਂ। ਜਦ ਉਸਨੂੰ ਕਰੋਧ ਦਾ ਦੌਰਾ ਪੈਣਾ, ਬੁਖਾਰ ਹੋ ਜਾਣਾ, ਪਿੰਡੇ ਦੇ ਉੱਤੇ ਫਿਣਸੀਆਂ ਨਿਕਲ ਆਉਣੀਆਂ, ਮੈਂ ਉਹਨੇ ਕਦੇ ਚੰਡੀਗੜ੍ਹ ਬੜੀ ਦੂਰ ਜਾਣਾ ਇਲਾਜ ਕਰਾਉਣ ਵਾਸਤੇ, ਕਦੇ ਬੀਕਾਨੇਰ ਜਾਣਾ, ਉਹ ਵੀ ਤਕਰੀਬਨ ਸਾਡੇ ਇਲਾਕੇ ਤੋਂ ਕੋਈ 100 ਮੀਲ ਦੂਰ ਹੋਏਗੀ। ਮੈਂ ਉਸਨੂੰ ਸਲਾਹ ਦਿੱਤੀ ਕਿ ਤੂੰ ਜਿਹੜਾ ਕ੍ਰੋਧ ਦੇ ਜ਼ਰੀਏ ਖਾਣਾ ਛੱਡ ਜਾਂਦਾ ਇਹ ਖਾ ਲਿਆ ਕਰ, ਤੈਨੂੰ ਕਿਸੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਅਗਰ ਤੂੰ ਕ੍ਰੋਧ ਨਾ ਕਰੇ। ਕ੍ਰੋਧ ਦੇ ਨਾਲ ਖੂਨ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਪੈ ਜਾਂਦੀਆਂ ਹਨ। ਲੇਕਿਨ ਉਹ ਨਹੀਂ ਮੰਨਦਾ ਸੀਗਾ। ਇੱਕ ਦਿਨ ਮੈਂ ਕਾਫੀ ਖਫਾ ਹੋਇਆ, ਉਸ ਨੂੰ ਕਿਹਾ ਕਿ ਅਗਰ 7 ਸਮੁੰਦਰੋਂ ਪਾਰੋਂ ਕੋਈ ਡਾਕਟਰ ਆ ਕੇ ਇਹ ਕਹਿ ਦੇਵੇ ਕਿ ਤੈਨੂੰ ਇਹ ਮਰਜ਼ ਨਹੀਂ, ਤੋ ਮੈਂ ਬਈ ਦੇਣਦਾਰ ਹੈ। 2 ਸਾਲ ਦੀ ਗੱਲ ਹੈ, ਇੱਧਰੋਂ ਕੋਈ ਡਾਕਟਰ ਗਏ ਗਰੁੱਪ ਦੇ ਅੰਦਰ, ਉਹਨੇ ਸੋਚਿਆ ਕਿ ਅੱਜ ਦਿਖਾਵਾਂ। ਉਹਦੇ ਲੜਕੇ ਵੀ ਪਾਸ ਖੜ੍ਹੇ ਸੀਗੇ, ਹੋਰ ਵੀ 1-2 ਪ੍ਰੇਮੀ ਖੜ੍ਹੇ ਸੀਗੇ। ਉਹ ਡਾਕਟਰ ਨੇ ਉਹਦੀ ਕੋਈ ਨਬਜ਼ ਨਹੀਂ ਦੇਖੀ, ਕੋਈ ਉਹਦੇ ਜਿਸਮ ਦੇ ਨਾਲ ਖੂਨ ਚੈੱਕ ਕਰਨ ਵਾਲੀ ਨਹੀਂ ਲਾਈ। ਅੱਖਾਂ ਦੇਖ ਕੇ ਕਹਿਣ ਲੱਗਿਆ, ਜੇ ਤੁਹਾਨੂੰ ਕ੍ਰੋਧ ਦੀ ਮਰਜ਼ ਹੈ, ਹੁਣ ਜੇ ਮੁਕਰੇ ਤਾਂ ਕੋਲੇ ਲੜਕੇ ਖੜ੍ਹੇ, ਅਸੀਂ ਖੜ੍ਹੇ। ਤੋ ਮੈਂ ਕਿਹਾ ਬਈ, ਜਿਹੜਾ ਮੈਂ ਤੈਨੂੰ ਅੱਜ ਤੋਂ 20 ਸਾਲ ਪਹਿਲਾਂ ਇਹ ਗੱਲ ਦੱਸੀ ਸੀ ਕਿ ਤੈਨੂੰ ਕ੍ਰੋਧ ਦੀ ਮਰਜ਼ ਹੈ, ਉਹ ਹੁਣ ਥੋੜ੍ਹਾ ਬਹੁਤਾ ਆਪਣੇ ਆਪ 'ਤੇ ਕੰਟਰੋਲ ਕਰਨ ਲੱਗਿਆ ਹੈ, ਹੁਣ ਕਿਸੇ ਡਾਕਟਰ ਕੋਲ ਉਹਨੂੰ ਜਾਣਾ ਨਹੀਂ ਪੈਂਦਾ। ਸੋ ਇਸ ਵਾਸਤੇ ਸੰਤ ਕਹਿੰਦੇ ਹੈ, ਕ੍ਰੋਧ ਦੀ ਮਰਜ਼ ਬੜੀ ਭੈੜੀ ਹੈ, ਇਸ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਅਸੀਂ ਤਦ ਹੀ ਬਚ ਸਕਦੇ ਹਾਂ ਜੇ ਅਸੀਂ ਨਾਮ ਸ਼ਬਦ ਦੀ ਕਮਾਈ ਕਰੀਏ। ਆਈ ਹੈਵ ਅ ਡੀਅਰ ਵਨ ਐਂਡ ਹੀ ਹੈਜ਼ ਬੀਨ ਵਿਦ ਮੀ ਫਾਰ ਦ ਲਾਸਟ 25-26 ਈਅਰਸ ਐਂਡ ਹੀ ਹੈਡ ਦਿਸ ਡਿਜ਼ੀਜ਼ ਆਫ ਐਂਗਰ। ਵੈਨਐਵਰ ਹੀ ਵੁੱਡ ਗੈਟ ਦ ਵੇਵ ਆਫ ਐਂਗਰ, ਹੀ ਵੁੱਡ ਹੈਵ ਦ ਫੀਵਰ ਐਂਡ ਆਲਸੋ ਹੀ ਵੁੱਡ ਸਟਾਪ ਈਟਿੰਗ ਐਂਡ ਹੀ ਵੁੱਡ ਹੈਵ ਬੋਇਲਸ ਔਨ ਹਿਸ ਬੋਡੀ। ਸੋ ਹੀ ਵੁੱਡ ਗੋ ਟੂ ਦ ਡਾਕਟਰਸ ਵਿਚ ਆਰ ਵੈਰੀ ਫਾਰ ਅਵੇ ਫਰੋਮ ਅਸ, ਹੀ ਵੁੱਡ ਸਮਟਾਈਮਸ ਗੋ ਟੂ ਚੰਡੀਗੜ੍ਹ ਔਰ ਟੂ ਬੀਕਾਨੇਰ, which is about 100 miles from the place where we live. When I came to know about this disease, I told him that you don't have any disease, you just give up the anger. And when you stop eating food when you are angry, don't do that. You should eat food and you don't need to go to any doctor, you don't need to take any medicine. But he would not believe that he had only this disease of anger.
he thought that he was suffering from some other disease. And I often used to tell him that you can go to any doctor and he will tell you, just looking into your eyes, that you have this disease of anger. 2 years ago, one doctor came in the group and he wanted to ask from that doctor that what disease he has, why he's getting boils and all those things. That doctor did not even touch his body, but just looking at him, he said that you have this disease of anger. Now, at that time, his sons were also with him and I was also standing there. So he could not say that, no, he doesn't have this disease of anger, because he knew that he is affected by the anger. So afterwards, he tried to control himself and he is much better now. Now he does not need to go to any doctor. He does not need to take any medicine. So the saints and Mahatmas always tell us that anger is a very bad disease and we should abstain from it. We should get rid of this disease, and we can do that only after going in the within and doing the meditation of Shabad now. Un paas duas na petiye jine antar krodha chandala sat gur purakh amrat sar vad paagi naav hai un janam janam ki mel utre niramal naam dirdai. Hun aap kehnde hai jo achhiyan aatma parmatma di chon vich aa jandiyan hai ਉਹ ਸਤਿਗੁਰੂ ਕੋਲੇ ਜਾਂਦੀਆਂ ਹੈ। ਸਤਿਗੁਰੂ ਉਹਨਾਂ ਨੂੰ ਦੱਸਦਾ ਹੈ ਕਿ ਕਿਵੇਂ ਆਤਮਾ ਦੇ ਉੱਪਰ ਉਹ ਸਥੂਲ ਸੂਕਸ਼ਮ ਤਿੰਨੇ ਪਰਦੇ ਲਾ ਕੇ ਦਸਵੇਂ ਦੁਆਰ ਦੇ ਅੰਦਰ ਪਹੁੰਚਣਾ ਹੈ। ਉੱਥੇ ਸੱਚਾ ਤੀਰਥ ਹੈ। ਉਹ ਤੀਰਥ ਦੇ ਵਿੱਚ ਇਸ਼ਨਾਨ ਕਰਕੇ ਆਤਮਾ ਦੀ ਜਨਮਾਂ ਜਨਮਾਤਰਾਂ ਦੀ ਮੈਲ ਉਤਰ ਜਾਂਦੀ ਹੈ ਔਰ ਇਸ ਦੀ ਸੱਚੇ ਨਾਮ ਦੇ ਨਾਲ ਲਿਵ ਲੱਗ ਜਾਂਦੀ ਹੈ। Now he says that the good souls who come in the selection of God are brought to the master, and master graciously teaches them how they have to remove the physical, astral and causal covers from their soul and how they have to reach Dasma Dwar, where there is the real place of pilgrimage, and how bathing in that water the soul has to remove the dirt. That is the real pilgrimage, and only after going there and bathing in that real place of pilgrimage one becomes the liberated one. Un janam janam ki mail utre ਨਿਰਮਲ ਨਾਮ ਦਿਰੜਾਈ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਈ। ਜੋ ਆਤਮਾ ਸੰਤ ਸਤਿਗੁਰੂ ਦੇ ਪਾਸ ਪਹੁੰਚ ਕੇ ਨਾਮਦਾਨ ਪ੍ਰਾਪਤ ਕਰ ਲੈਂਦੀਆਂ ਹਨ ਔਰ ਨਾਮਦਾਨ ਦੀ ਉਸ ਨਾਮ ਸ਼ਬਦ ਦੀ ਕਮਾਈ ਵਿੱਚ ਲੱਗ ਜਾਂਦੀਆਂ ਹਨ ਔਰ ਉਸ ਤੀਰਥ ਦਸਵੇਂ ਦੁਆਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਹੁੰਚ ਜਾਂਦੀਆਂ ਹਨ, ਉਹ ਨਿਰਮਲ ਪਿਓਰ ਪਵਿੱਤਰ ਹੋ ਜਾਂਦੀਆਂ ਹਨ। ਇੱਕ ਜਨਮ ਦੀ ਕੀ ਜਨਮਾਂ ਜਨਮਾਤਰਾਂ ਦੀ ਜੋ ਮੈਲ ਲੱਗੀ ਹੈ ਆਤਮਾ ਨੂੰ ਉਹ ਲੈ ਜਾਂਦੀ ਹੈ। ਉਹਨਾਂ ਨੂੰ ਉੱਤਮ ਪਦਵੀ ਕਿਆ ਸੱਚਖੰਡ ਮਿਲ ਜਾਂਦਾ ਹੈ, ਆਪਦੇ ਘਰ ਆਤਮਾ ਪਹੁੰਚ ਜਾਂਦੀਆਂ ਹਨ। ਇਹ ਇੰਨਾ ਕੁਛ ਕਿਸ ਤਰ੍ਹਾਂ ਕਿਉਂ ਪ੍ਰਾਪਤ ਹੋਇਆ? ਕਹਿੰਦੇ ਸਤਿਗੁਰੂ ਦੀ ਲਿਵਲਾਏ, ਸਿਰਫ ਸਤਿਗੁਰੂ ਦੇ ਨਾਲ ਪਿਆਰ ਪਾਉਣ ਨਾਲ ਹੀ ਉਹ ਭਵਸਾਗਰ ਤੋਂ ਪਾਰ ਹੋ ਗਈਆਂ। The souls who go to the saints and masters, and those who get the naam from the master, and those who according to the instructions of the masters
remove the covers from their soul and reach the Swadwar and bathe in that pool of nectar, become the pure ones, become the liberated ones. They remove the dirt, not of one birth, but of birth after birth, of ages and ages. And when they go there and bathe in that pool of nectar, they become the liberated one. And they go back to the real home. He says that, how was this possible? How did this happen? He says that only by going to the master and keeping the attention towards the master.